ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਨ ਕੈਪਟਨ ਦਲਬੀਰ ਸਿੰਘ ਜੀ। ਕੈਪਟਨ ਦਲਬੀਰ ਸਿੰਘ ਜੀ ਨੇ ਆਪਣਾ ਸਮੁੱਚਾ ਜੀਵਨ ਸੱਚਾਈ 'ਤੇ ਚੱਲਦੇ ਬਿਤਾਇਆ। ਆਪ ਜੀ ਬਹੁਤ ਹੀ ਚੰਗੇ ਸੰਸਕਾਰ ਅਤੇ ਸਹਿਨਸ਼ੀਲਤਾ ਵਰਤੀ ਵਾਲੇ ਇਨਸਾਨ ਸਨ। ਗੁਰੂ ਘਰ ਪ੍ਰਤੀ ਸੱਚੀ ਸ਼ਰਧਾਵਾਨ ਸਨ ਅਤੇ ਹਰ ਇੱਕ ਗਰੀਬ ਦੀਨ ਦੁਖੀਏ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ। ਆਪ ਜੀ ਦੇ ਕਿਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਮੌਜੂਦਾ ਸਮੇਂ ਵਿੱਚ ਵੀ ਆਪ ਜੀ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਬੀਤੇ ਦਿਨੀ ਕੈਪਟਨ ਦਲਬੀਰ ਸਿੰਘ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਪਿੰਡ ਭੋਮਾ ਵੰਡਾਲਾ ਵਿਰਮ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਾਏ ਗਏ। ਕੈਪਟਨ ਦਲਵੀਰ ਸਿੰਘ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਸਰਦਾਰਨੀ ਬਲਜੀਤ ਕੌਰ ਧਰਮਪਤਨੀ, ਅਮਰੀਕ ਕੌਰ ਭੈਣ, ਜਸਵੀਰ ਸਿੰਘ ਭਰਾ, ਹਰਵੀਰ ਸਿੰਘ ਭਰਾ, ਜਸਪਾਲ ਸਿੰਘ ਸਪੁੱਤਰ, ਹਰਪਾਲ ਸਿੰਘ ਸਪੁੱਤਰ, ਸੁਖਪਾਲ ਸਿੰਘ ਸਪੁੱਤਰ ਅਤੇ ਸਮੂਹ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਇਹਨਾਂ ਦੇ ਪਰਿਵਾਰ ਵੱਲੋਂ ਦੁੱਖ ਵਿੱਚ ਇਕੱਤਰ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਪਰਮ ਪਾਉ ਖੋਵਣਾ,
ਦੇਖੇ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰਨਾਏ ਅਰਦਨ ਹਰ ਗੋਬਿੰਦਨ ਸਿਮਰਮ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਆ ਦੇ ਸ੍ਰਿਸ਼ਟੀ ਸੰਦੁਖ ਜਾਏ ਤੇਗ ਬਹਾਦਰ ਸਿਮਰੈ ਕਰਨਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੰਤਾਈ ਹੋਏ ਸਹਾਇ ਦੇ ਪਾਠ ਦਰਸ਼ਨ ਦਾ ਧਿਆਨ ਤੜਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੱਤਿਆਂ ਟੀਆਂ ਜਪੀਆਂ ਤਪੀਆਂ ਦੇਗ ਚਲਾਈ ਤੇਗ ਵਾਹੀ ਦੇਖਿਆ ਨਟਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤੜਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਨਾ ਸਿੰਘਾਂ ਸਿੰਘਣੀਆਂ ਨੇ ਧਰਮੇ ਸਿਧਤਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵੈ ਚਿਤਿਆਵਨ ਕਾ ਸਦਕਾ ਸਰਮ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਸਦੇ ਉੱਠੇ ਜਾਏ ਮਹਾਂਵਾਕਾਂ ਅਨੁਸਾਰ ਆਪ ਜੀ ਦੇ ਦਰ ਕਰਦੇ ਪ੍ਰੇਮੀ ਸਰਦਾਰ ਦਲਬੀਰ ਸਿੰਘ ਜੀ ਕੈਪਟਨ ਸਾਹਿਬ ਜਿੰਨੇ ਕੁ ਆਪ ਜੀ ਨੇ ਸਵਾਸਾਂ ਦੀ ਪੂੰਜੀ ਬਖਸ਼ ਕੀਤੀ ਸੀ ਭੋਗ ਕਰਕੇ ਸਮਾਤਲੂ ਦੀ ਬੋਲੇ ਸੋਨੇ ਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਨਾਮ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਾਪ ਅਕੁਲ ਨਿਰੰਜਨ ਜੀਤਾ ਅਯੋਨ ਗ੍ਰਹਿ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਾਪ ਅਕੁਲ ਨਿਰੰਜਨ ਜੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੂ ਦੀ ਪੁਆਇੰਟ ਸਾਰੀ ਕਥਾ ਆਪ ਜੀ ਨਾਲ ਸਾਂਝੀ ਕੀਤੀ ਸੀ ਮਾਂ ਪਿਓ ਦੇ ਤੁਰ ਜਾਣ ਤੋਂ ਬਾਅਦ ਵੱਡੇ ਭੈਣ ਭਰਾ ਜਿਹੜੇ ਨੇ ਉਹ ਮਾਪਿਆਂ ਦਾ ਥਾਂ ਹੁੰਦੇ ਨੇ ਪਰ ਅਟਲ ਸੱਚਾਈ ਵੀ ਇਹ ਹੈ ਕਿ ਜੋ ਆਇਆ ਹੈ ਉਹਨੇ ਜਾਣਾ ਵੀ ਹੈ ਜਿੱਧਰ ਤੁਰਦਾ ਹੈ ਉਧਰੋਂ ਸ਼ਿਪ ਜਿਹੜਾ ਹੈ ਪੀਪਲ ਸੇ ਦੈਟ ਸ਼ਿਪ ਇਸ ਗੋਇੰਗ ਇਹ ਸੋਹਣੀ ਸ਼ਖਸੀਅਤ ਸੀ ਤੇ ਇਹ ਇਸ ਤੋਂ ਪਹਿਲਾਂ ਇਹ ਸਾਲ ਦਾ ਮੇਜਰ ਹੈ ਦੇ ਜੂਨ ਦੇ ਵਿੱਚ ਲੱਗੇ ਨੇ ਮੈਂ ਥੋੜ੍ਹਾ ਜਿਹਾ ਪਿੱਛੇ ਜਾਵਾਂ ਸਾਲ ਦਾ ਮੇਜਰ ਅੰਗਰੇਜ਼ਾਂ ਦੇ ਵੇਲੇ ਇੱਕ ਇਹੋ ਜਿਹਾ ਰੈਂਕ ਹੁੰਦਾ ਸੀ ਕਿ ਜਿਸ ਰੈਂਕ ਦੇ ਪੈਨਸ਼ਨ ਆਉਣ ਤੋਂ ਬਾਅਦ ਉਹਦੇ ਘਰ ਤੱਕ ਪੱਕੀ ਰੋਡ ਤੇ ਪੱਕਾ ਮਕਾਨ ਬਣਾ ਕੇ ਦੇਣਾ ਪੈਂਦਾ ਸੀ ਮੁੜ ਕੇ ਦੇਸ਼ ਆਜ਼ਾਦ ਹੋਇਆ ਤੇ ਉਸ ਮੌਕੇ ਦੀਆਂ ਸਰਕਾਰਾਂ ਨੇ ਇਸ ਸਿਸਟਮ ਨੂੰ ਬਦਲ ਕੇ ਉਹਨੂੰ ਆਲਰੇਡੀ ਕੈਪਟਨ ਦੇ ਕੇ ਨਵਾਜਿਆ ਵੀ ਇਹਨਾਂ ਨੂੰ ਮਤਲਬ ਉਹ ਸਹੂਲਤ ਨਾ ਦੇਣੀ ਪਵੇ ਜਿਹੜੀ ਸਹੂਲਤ ਸਾਨੂੰ ਅੰਗਰੇਜ਼ ਲੜ ਗਈ ਸੀ ਖੈਰ ਉਸ ਤੋਂ ਬਾਅਦ ਇਹ ਕੈਪਟਨ ਪੈਨਸ਼ਨ ਆਏ ਅਤੇ
ਇੱਕ ਸਿਪਾਹੀ ਭਰਤੀ ਹੋ ਕੇ ਕੈਪਟਨ ਪੈਨਸ਼ਨ ਆਉਣਾ ਕੋਈ ਨਿੱਕੀ ਜਿਹੀ ਗੱਲ ਨਹੀਂ, ਬੜੀ ਵੱਡੀ ਗੱਲ ਹੈ ਇੱਕ ਸਿਪਾਹੀ ਤੋਂ ਭਰਤੀ ਹੋ ਕੇ ਮਤਲਬ ਕੈਪਟਨ। ਕਈ ਮੇਰੇ ਭਰਾ ਇੱਥੇ ਫੌਜੀ ਸਿੰਘ ਬੈਠੇ ਹੋਣਗੇ ਫੌਜੀ ਸਾਹਿਬ, ਫਿਰ ਉਹਨਾਂ ਨੂੰ ਪੁੱਛੋ ਵੀ ਕਿੰਨਾ ਔਖਾ ਇਹ ਕੈਪਟਨ ਬਣਨਾ, ਕੋਈ ਨਿੱਕੀ ਜਿਹੀ ਗੱਲ ਨਹੀਂ। ਸੋ ਇਹ ਕਿਸੇ ਚੱਲਦੀ ਸਰਾਂ ਹਰ ਇਨਸਾਨ ਨੇ ਜਾਣਾ, ਇਹ ਜਗ ਜੰਕਸ਼ਨ ਗੱਡੀਆਂ ਦਾ, ਇੱਥੇ ਕਿਸੇ ਆਉਣਾ ਕਿਸੇ ਜਾਣਾ, ਇਹ ਜਗਤ ਮੁਸਾਫਰਖਾਨਾ, ਕਿਸੇ ਬੈਠ ਕਿਸੇ ਨਹੀਂ ਰਹਿਣਾ। ਕੀ ਜੇ ਆ ਆਪਣੀ ਆਪਣੀ ਵਾਰੀ ਅੱਜ ਉਹਨਾਂ ਦੀ ਜਗ੍ਹਾ ਉਹਨਾਂ ਦੇ ਬੱਚੇ ਹਰਪਾਲ ਸਿੰਘ ਜੀ ਸਾਡੇ ਵਿੱਚ ਨੰਬਰਦਾਰ, ਜਿਹੜੇ ਕਿ ਉਹਨਾਂ ਦੀ ਜਗ੍ਹਾ, ਪਰ ਅਸਲ ਇਹਨਾਂ ਨੂੰ ਉਹਨਾਂ ਹੀ ਤਰ੍ਹਾਂ ਹੀ ਸਮਝਾਂਗੇ ਔਰ ਇਹਨਾਂ ਦੇ ਨਾਲ ਮਿਲ ਜੁਲ ਕੇ ਚੱਲਾਂਗੇ। ਬਾਕੀ ਮੈਂ ਇਹ ਵੀ ਦੋਵੇਂ ਚੀਜ਼ਾਂ ਨਹੀਂ ਵੀ ਫੌਜੀ ਜਾਂ ਨੰਬਰਦਾਰ, ਤੀਸਰਾ ਹੋਰ ਵੀ ਮੇਰਾ ਇਹ ਲੱਗਣਾ ਬੜਾ ਵੱਡਾ ਸਾਥ, ਕਿਉਂਕਿ ਮੈਂ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਸਿਮਰ ਮਨ ਰਾਮ ਸਿਮਰ।
ਸਿਮਰ ਪਛਤਾਹੇਗਾ, ਮਨ ਰਾਮ ਸਿਮਰ ਪਛਤਾਹੇਗਾ, ਮਨ ਰਾਮ ਸਿਮਰ ਪਛਤਾਹੇਗਾ, ਮਨ ਰਾਮ ਸਿਮਰ ਪਛਤਾਹੇਗਾ, ਮਨ ਰਾਮ ਸਿਮਰ ਪਛਤਾਹੇਗਾ। ਜੋ ਤੇਰਾ ਹੁਕਮ, ਜੋ ਜੋ ਤੇਰਾ ਹੁਕਮ, ਜੋ ਜੋ ਤੇਰਾ ਹੁਕਮ, ਜੋ ਜੋ ਤੇਰਾ ਹੁਕਮ, ਤੇ ਮੈਂ ਤਿਉਂ ਬਣਾ, ਤੇ ਮੈਂ Thank you.
Now hey.
ਚਾਹੇ ਸੁੱਤੇ ਜੀਣਾ
ਅਸੀਂ ਸਾਰੇ ਸਾਨੂੰ ਸਾਰਿਆਂ ਨੂੰ ਸਰੀਰ ਵਿਛੋੜਾ ਦੇ ਕਰਕੇ ਸਤਿਗੁਰਾਂ ਦੀ ਚਰਨਾਂ ਚ ਜਾ ਬਿਰਾਜੇ ਤੇ ਇਹਨਾਂ ਦੀ ਅੰਤਿਮ ਅਰਦਾਸ ਲਈ ਅਸੀਂ ਸਾਰੇ ਸਤਿਗੁਰਾਂ ਦੀ ਹਜ਼ੂਰੀ ਚ ਇਕੱਤਰ ਹੋਏ ਹਾਂ। ਆਓ ਸਾਧ ਜੀ ਸਾਰੇ ਮਿਲ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਸਤਿਗੁਰ ਜੀ ਕਿਰਪਾ ਕਰੋ, ਕਹਿਤ ਕਬੀਰ ਸੁਨੋਹਰੇ ਸੰਤੋ, ਖੇਤ ਹੀ ਕਰੋ ਨਿਬੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁ ਨ ਭਉ ਜਲ ਫੇਰਾ। ਪਹਿਲਾ ਸਤਨਾਮ ਵਾਹਿਗੁਰੂ ਜਾਪ, ਉਪਰੰਤ ਦੇ ਸ਼ਬਦ ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਸਾਰਿਆਂ ਨੂੰ ਮਿਲ ਕਰਕੇ ਗਾਇਨ ਕਰਨਾ, ਕੋਈ ਰਸਨਾ ਖਾਲੀ ਨਾ ਰਹੇ। ਸਤਿਗੁਰਾਂ ਦੇ ਚਰਨਾਂ ਚ ਅਰਦਾਸ ਬੇਨਤੀ ਕਰਨੀ ਹੈ ਤੇ ਵਿਛੜੀ ਰੂਹ ਨੂੰ ਅਸੀਸਾਂ ਦੇਣੀਆਂ ਹਨ, ਤਾਂ ਜੋ ਸਦਾ ਸਤਿਗੁਰ ਜੀ ਕਿਰਪਾ ਕਰਨ, ਵਿਛੜੀ ਰੂਹ ਨੂੰ ਸਦਾ ਆਪਣੇ ਚਰਨਾਂ ਨਾਲ ਲਾਈ ਰੱਖਣ ਅਤੇ ਇਸ ਜਨਮ ਮਰਨ ਦੇ ਗੇੜ ਤੋਂ ਮੁਕਤ ਕਰ ਦੇਣ। ਸਾਰੇ ਅਰਦਾਸ ਦੇ ਨਾਲ ਗਾਉਣਾ ਹੈ। ਆਪ ਸੰਗਤ ਜੀ ਨੂੰ ਬੇਨਤੀ ਇਸ ਲਈ ਕਰ ਰਿਹਾ ਕਿਉਂਕਿ ਸੰਗਤ ਵਿੱਚ ਕੀਤੀ ਅਰਦਾਸ, ਸੰਗਤ ਵਿੱਚ ਦਿੱਤੀ ਹੋਈ ਅਸੀਸ ਕਦੀ ਬੀਤੀ ਨਹੀਂ ਜਾਂਦੀ। ਸੋ ਸਾਰੇ ਨਾਲ ਮਿਲ ਕਰਕੇ ਦਸ ਦੇ ਨਾਲ ਪਹਿਲਾਂ ਸਤਨਾਮ ਵਾਹਿਗੁਰੂ ਦਾ ਜਾਪ, ਉਪਰੰਤ ਇਹ ਸ਼ਬਦ ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉਂ ਮੇਲ। ਸਤਨਾਮ ਸਤਨਾਮ ਜੀ, ਸਤਨਾਮ ਸਤਨਾਮ ਜੀ, ਸਤਨਾਮ ਜੀ ਵਾਹਿਗੁਰੂ 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 ਜੀ, ਵਾਹਿਗੁਰੂ 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 ਜੀ, ਸਤਨਾਮ 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 ਜੀ, ਵਾਹਿਗੁਰੂ 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 ਜੀ, ਸਤ
ਸਤਨਾਮ 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 ਜੀ ਵਾਹਿਗੁਰੂ 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 ਜੀ ਸਾਚਾ ਨਾਮ ਮੇਰਾ ਆਧਾਰ ਹੋ ਗਏ ਪੰਜ ਸ਼ਬਦ ਹਰ ਸਭਾ ਹੈ ਸ਼ਬਦ
ਐਸ ਕੋਹਾਦਿਤ ਕਰਨ ਹਰਿ ਜੀ ਅੰਤ ਸਮਾ ਬਟ ਪਾਗੀ ਹੋ ਸਗਲ ਮਨੋਰਥ ਪੂਰੇ ਬਾਰ ਬ੍ਰਹਮ ਪ੍ਰਭ ਪਾਇਆ ਇਤਰੇ ਸਗਲ ਸੁਣੋ ਦੁਖ ਰੋਗ ਸੰਤਾਪ ਤੇ ਸੁਣੀ ਸੱਚੀ ਬਾਣੀ ਸੰਤ ਸਾਧਨ ਰਹੇ ਸੰਸੇ ਪੂਰੇ ਗੁਰਤੇ ਜਾਣ ਸੁਣਦੇ ਪੁਨੀਤ ਕਹਤੇ ਗੁਰਤ ਸਤਗੁਰ ਰਹੇ ਆਪਨ ਪੂਰੇ ਬਿਣਵੰਤ ਨਾਨਕੁਰ ਚਰਨ ਲਾਗੇ ਪਾਵਨ ਗੁਰੂ ਪਾਹੀ ਪਿਤਾ ਮਾਤਾ ਤਤ ਮਹਤ ਜਿਸ ਰਾਨ ਗੁਰੂ ਕਰੀ ਕਾਇਆ ਕੇ ਸਤਿ ਜਗਤ ਅਗਿਆਇਆ ਭਰਿਆਇਆ ਪਾਛੈ ਕਰਮਨ ਗੁਰੂ ਕਰਮੀ ਆਪੋ ਆਪਣੀ ਬੋਲੋ ਜੀ ਵਾਹਿਗੁਰੂ 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 ਜੀ ਤੁਧੇ ਆਗੇ ਅਰਦਾਸ ਹਮਾਰੀ ਜੀ ਪਿੰਨ ਸੰਭ ਤੇਰਾ ਕਹੁ ਨਾਨਕ ਸੰਭ ਤੇਰੀ ਵਡਿਆਈ ਕੇ ਨਾਉ ਨ ਜਾਣੇ ਮੇਰਾ ਅਰਦਾਸ ਇੱਕ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰਨਾਏ ਅਰਦਨ ਹਰ ਗੋਬਿੰਦਨ ਸਿਮਰਮ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਆ ਦੇ ਸ੍ਰਿਸ਼ਟੀ ਸੰਦੁਖ ਜਾਏ ਤੇਗ ਬਹਾਦਰ ਸਿਮਰੈ ਕਰਨਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੰਤਾਈ ਹੋਏ ਸਹਾਇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੱਤਿਆਂ ਟੀਆਂ ਜਪੀਆਂ ਤਪੀਆਂ ਦੇਖ ਚਲਾਈ ਤੇਗ ਵਾਹੀ ਦੇਖਿਆ ਡਟਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਨਾ ਸਿੰਘਾਂ ਸਿੰਘਣੀਆਂ ਨੇ ਧਰਮੇ ਸਿੱਧੀ ਬੰਦ ਬੰਦ ਕਟਾਈ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ ਆਰਣੰਤਨ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀ ਪਸੰਦ ਸੰਗ ਨੇ ਬਾਹੀ ਤਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਵੱਲੋਂ ਦੀ ਪੰਜਾਂ ਤਖਤਾਂ ਸਰਮਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਵੱਲੋਂ ਦੀ ਪ੍ਰਥਮ ਸਰਮਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵੈ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੀ ਸਥਾਨ ਅਰਹਿਤ ਦਾਨ ਵਿਵੇਕ ਦਾਨ ਵਸਾ ਦਾਨ ਭਰੋਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕਾ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗਾ ਟਲ ਧਰਮ ਪੰਜ ਕਾਰ ਵੀ ਖਾਲਸਾ ਜੀ ਸਾਹਿਬ ਬੋਲੋ ਦੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਦ ਰਾਖਾ ਕਾਲ ਪ੍ਰਖਾਂ ਅੰਤਰ ਜਾਮੀ
ਪੰਥ ਦੇ ਸਦਾ ਸੰਘਰਸ਼ ਦਾ ਧਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੀ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ। ਸਤਿਗੁਰੂ ਆਪਣੇ ਖਾਲਸੇ ਨੂੰ ਖੁੱਲ੍ਹੇ ਦਰਸ਼ਨ ਦਾਰੀ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੀ ਮਾਨ ਸਤਿਗੁਰੂ, ਨੇ ਤਾਣਿਆਂ ਦੇ ਤਾਨ ਸਤਿਗੁਰੂ, ਨੇ ਓਟਿਆਂ ਦੇ ਓਟ ਸਤਿਗੁਰੂ, ਨੇ ਆਸਰਿਆਂ ਦੇ ਆਸਰੀ ਸਤਿਗੁਰੂ। ਅਕਾਲ ਪੁਰਖ ਅੰਤਰ ਜਾਮੀ ਵਾਹਿਗੁਰੂ ਜੀ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਅਰਦਾਸ ਬੇਨਤੀ ਹੈ ਪਾਤਸ਼ਾਹ ਜੀਓ ਸਮੂਹ ਸੰਗਤਾਂ ਵੱਲੋਂ, ਜਿਹਾ ਤੇਰੇ ਲਿਖਿਆ ਤੇਹਾ ਹੁਕਮ ਕਮਾਈ, ਘੱਲੇ ਆਵੈ ਨਾਨਕਾ ਸਦੇ ਉੱਠੇ ਜਾਏਦੇ ਮਹਾਂਵਾਕਾਂ ਅਨੁਸਾਰ। ਆਪ ਜੀ ਦੇ ਦਰ ਕਰਦੇ ਪ੍ਰੇਮੀ ਸਰਦਾਰ ਦਲਬੀਰ ਸਿੰਘ ਜੀ ਕੈਪਟਨ ਸਾਹਿਬ, ਜਿੰਨੇ ਕੁ ਆਪ ਜੀ ਨੇ ਸਵਾਸਾਂ ਦੀ ਪੂੰਜੀ ਬਖਸ਼ ਕੀਤੀ ਸੀ, ਭੋਗ ਕਰਕੇ ਸਮਾਤਲੋ ਦੀ ਯਾਤਰਾ ਕਰਦੇ ਹੋਏ ਕੁਝ ਦਿਨਾਂ ਤੋਂ ਪਰਲੋਕ ਸੁਧਾਰੇ ਸਨ, ਉਹਨਾਂ ਦੀ ਆਤਮਕ ਸ਼ਾਂਤੀ ਦੇ ਸੰਬੰਧ ਵਿੱਚ ਸਮੂਹ ਪਰਿਵਾਰ ਨੇ ਆਪ ਜੀ ਦਾ ਵੋਟ ਆਸਰ ਲੈ ਕੇ ਗ੍ਰਹਿ ਵਿਖੇ ਪਰਸੋਂ ਦੇ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਸਨ। ਪਾਤਸ਼ਾਹ ਜੀਓ ਭੋਗ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਰੱਬੀ ਬਾਣੀ ਦੇ ਕੀਰਤਨ ਹੋਏ ਨੇ, ਵਿਚਾਰਾਂ ਹੋਈਆਂ ਨੇ। ਪਾਤਸ਼ਾਹ ਜੀਓ ਆਪ ਜੀ ਸਤਸੰਗ ਨੇ ਹਾਰੀਆਂ ਭਰੀਆਂ ਨੇ, ਰੱਬੀ ਬਾਣੀ ਦਾ ਕੀਰਤਨ ਕਰਦੇ ਹਾਂ, ਵਿਚਾਰਾਂ ਕਰਦੇ ਹਾਂ, ਅਨੇਕਾਂ ਭੁੱਲਾਂ ਹੋ ਜਾਂਦੀਆਂ ਨੇ। ਪਾਤਸ਼ਾਹ ਜੀਓ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਕਰਨੀ, ਅੱਗੇ ਤੋਂ ਸਮਤ ਬਖਸ਼ੋ ਜੀ, ਵਿਛੜੀ ਆਤਮਾ ਨੂੰ ਸ਼ਾਂਤ ਕਰਨਾ, ਦਾਤਾਰ ਪਿਤਾ ਜੀਓ ਚਰਨਾਂ ਕਮਲਾਂ ਦਾ ਨਿਵਾਸ ਬਖਸ਼ੀ ਕਰੋ, ਪਰਿਵਾਰ ਨੂੰ ਭਾਣਾ ਮਨ ਦੀ ਤਾਕਤ ਵੱਲ ਬੁੱਧੀ ਬਖਸ਼ੀ ਕਰਨੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਮਾਰ ਨੱਖੇ ਜੀਆਂ ਪਰ ਸੁੱਖ ਮਿਹਰ ਭਰਿਆ ਹੱਥ ਰੱਖਣਾ, ਸਰਬੱਤ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਸਰਬੱਤ ਨੂੰ ਆਪਣੇ ਧਰਮ ਘਰੋਂ ਗੁਰਸਿੱਖੀ ਨਾਮ ਦਾਨ ਸਿੱਖ ਭਰੋਸਾ ਬਖਸ਼ੋ ਜੀ। ਦਾਤਾਰ ਪਿਤਾ ਜੀਓ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦੀਆਂ ਦੇਗਾਂ ਅਤੇ ਲੰਗਰ ਹਾਜ਼ਰ ਅੰਦਰ ਪ੍ਰਵਾਨ ਕਰੋ, ਪ੍ਰਵਾਨ ਹੋਇਆ ਪ੍ਰਸ਼ਾਦ ਲੰਗਰ ਆਪ ਜੀ ਸਾਧ ਸੰਗਤ ਛਕੇ ਜੋ ਛਕੇ ਸਾਹਿਬ ਜੀ ਆਪ ਜੀ ਦਾ ਇਨਾਮ ਜਪੇ, ਪਰਿਵਾਰ ਵੱਲੋਂ ਗੁਰੂ ਘਰ ਦੀਆਂ ਇਮਾਰਤਾਂ ਵਾਸਤੇ 11,000 ਦਮੜਾਂ ਹਾਜ਼ਰੇ ਪਾਤਸ਼ਾਹ ਜੀ ਕਿਰਪਾ ਕਰਨੀ, ਜਿਨ੍ਹਾਂ ਖਜ਼ਾਨਿਆਂ 'ਚ ਮਾਇਆ ਖਜ਼ਾਨੇ ਭਰਪੂਰ ਕਰਨੇ, ਕਿਰਪਾ ਕਰੋ ਅਟਾਲ ਹੁਕਮਨਾਮ ਬਖਸ਼ਿਸ਼ ਕਰਕੇ ਸਿੱਖ ਸੰਗਤਾਂ ਨੂੰ ਨਿਹਾਲ ਕਰੋ, ਆਪ ਜੀ ਦਰ 'ਤੇ ਜੋ ਵੀ ਆਵੇ ਸੋ ਰਾਜੇ ਜਾਵੇ, ਸਹੀ ਗੁਰਮੁਖ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਨਾਮ ਚਿੱਤੇ ਆਵੇ, ਨਾਨਕ ਨਾਮ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੇ ਪੱਤੇ ਦੂਰਾ ਗਿਆ ਪਿਆ ਤਾਰਕੇ, ਸਭ ਸਿੱਖਨ ਕੋ ਹੁਕਮ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਬ੍ਰਹਮ ਕੋ ਮਿਲ ਬੋਚ ਹੈ ਖੋਜ ਸ਼ਬਦ ਮੇਂ, ਰਾਜ ਕਰੇਗਾ ਖਾਲਸਾ ਕੀ ਰਹਿਣਾ, ਖਬਰ ਹੋਏ ਸਭ ਮਿਲੇਂਗੇ ਬਚੇ,
ਵਾਹਿਗੁਰੂ ਨਾਮ ਜਹਾਂ ਜਹਾਂ ਚੜ੍ਹੇ ਸੋ ਤਰੇ ਜੋ ਸ਼ਰਧਾ ਕਰ ਸੇਵਦੇ ਜੋ ਸ਼ਰਧਾ ਕਰ ਸੇਵਦੇ ਬੋਲੇ ਸੋਨੇ ਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਛੋ ਨਹੀਂ ਕਿਛਾਏ ਨਾ ਮੁਰਾਦ ਅਵਸਰ ਰਜਾ ਰੱਖਦਾ ਸਦਨਾ ਜਨ ਤੋਰਾ ਸੋ ਕਹੋ ਡਰ ਗੁਰੂ ਸੇਵੀਏ ਅਹਿਨਸ ਸਹਿਰ ਸੁਭਾਏ ਦਰਸ਼ਨ ਪਛੇ ਗੁਰੂ ਕੇ ਜਨਮ ਮਰਨ ਦੁੱਖ ਜਾਏ ਹੋਵੇ ਸਿਵ ਤਖ ਸਮਦੀ ਨੂਰ ਅਸੋਂ ਕੁਸੋਂ ਝੱਟੀਐ ਤੁਜ ਜਿਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀਏ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆ ਸੋਈਐ ਸਦਨਾ ਦਾ ਵਸਾਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਚੌਪ ਦੇ ਏਕਾ ਓਅੰਕਾਰ ਸਤਿਗੁਰ ਪ੍ਰਸਾਦ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇ ਦਿਖਾਈ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇ ਦਿਖਾਈ ਸੁਣ ਮੀਤਾ ਧੂਰੀ ਗੋਬਰ ਜਾਈ ਇਹ ਮਨ ਤੇਰਾ ਭਾਈ ਰਹਾ ਪਾਮ ਲੋਵਾ ਮਲ ਮਲ ਧੋਵਾ ਇਹ ਮਨ ਤੈ ਤੂੰ ਦੇਸਾ ਸੁਣ ਮੀਤਾ ਹਾਂ ਤੇਰੀ ਸ਼ਰਣਾਈ ਆਇਆ ਪ੍ਰਭ ਮਿਲੋ ਦੇ ਉਪਦੇਸਾ ਮਾਨ ਨਕੀ ਜੇ ਸ਼ਰਨ ਪਰੀਜੈ ਕਰੇ ਸੋ ਭਲਾ ਮਨਾਇਆ ਸੁਣ ਮੀਤਾ ਜੀਉ ਪਿੰਡ ਸਭ ਤਨ ਹਰ ਪੀਜੈ ਇਉਂ ਦਰਸ਼ਨ ਹਰ ਜੀਉ ਪਾਈਏ ਆਪ ਭਇਓ ਨਿਗ੍ਰਹਿ ਪ੍ਰਸਾਦ ਸੰਤਨ ਕਹਿ ਹਰ ਨਾਮਾ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਜਨ ਜੀਟਾ ਭਇਓ ਨਿਗ੍ਰਹਿ ਪ੍ਰਸਾਦ ਸੰਤਨ ਕਹਿ ਹਰ ਨਾਮਾ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਜਨ ਜੀਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਨੇੜੇ ਆਇਓ ਸੱਜਣੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣੇ ਆਪਣਾ ਪੰਥ ਦੇ ਵਿਦਵਾਨ ਕੀਰਤਨ ਕਰਨ ਕੀਤਾ ਉਸ ਤੋਂ ਪਹਿਲਾਂ ਭਾਈ ਗਿਆਨ ਸਿੰਘ ਜੀ ਨੇ ਬੜੇ ਵਿਸਥਾਰ ਵਿੱਚ ਸਤਿਗੁਰੂ ਜੀ ਦੀ ਬਾਣੀ ਦੀ
ਟੂ ਦੀ ਪੁਆਇੰਟ ਸਾਰੀ ਕਥਾ ਆਪ ਜੀ ਨਾਲ ਸਾਂਝੀ ਕੀਤੀ ਸੀ। ਮਾਂ ਪਿਓ ਦੇ ਤੁਰ ਜਾਣ ਤੋਂ ਬਾਅਦ ਵੱਡੇ ਭੈਣ ਭਰਾ ਜਿਹੜੇ ਨੇ ਉਹ ਮਾਪਿਆਂ ਦੇ ਥਾਂ ਹੁੰਦੇ ਨੇ। ਪਰ ਅਟਲ ਸੱਚਾਈ ਵੀ ਇਹ ਹੈ ਕਿ ਜੋ ਆਇਆ ਹੈ ਉਹਨੇ ਜਾਣਾ ਵੀ ਹੈ, ਜਿੱਧਰ ਤੁਰਦਾ ਹੈ ਉਧਰੋਂ ਸ਼ਿਪ ਜਿਹੜਾ ਹੈ ਪੀਪਲ ਸੇ ਦੈਟ ਸ਼ਿਪ ਇਸ ਗੋਇੰਗ। ਜਿਹੜੇ ਦੂਸਰੇ ਪਾਸੇ ਖੜੇ ਹੁੰਦੇ ਆ ਉਹ ਕਹਿੰਦੇ ਸ਼ਿਪ ਇਸ ਕਮਿੰਗ। ਸੋ ਨਾ ਕਿਸ ਜਨਮੇ ਨਾ ਕਿਸ ਮਰੇ ਆਪ ਹੁਣ ਚਲਿਤ ਆਪ ਹੀ ਕਰ। ਸਤਿਗੁਰੂ ਦਾ ਹੁਕਮ ਹੈ, ਗੁਰਬਾਣੀ ਦੇ ਵਿੱਚ ਪੰਕਤੀ ਆਉਂਦੀ ਕਹਿੰਦੇ ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ ਅੱਗੇ ਮਿਲਣ ਇਹਨਾਂ। ਬੇਦਾਗ ਜ਼ਿੰਦਗੀ 86 ਸਾਲ ਦੀ ਉਮਰ ਭੋਗ ਕੇ ਸਾਡੇ ਸਤਿਕਾਰਯੋਗ ਕੈਪਟਨ ਦਲਬੀਰ ਸਿੰਘ ਜੀ ਪਰਿਵਾਰ ਦੀਆਂ ਤਕਰੀਬਨ ਸਾਰੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾ ਕੇ ਸਾਡੇ ਕੋਲ ਵਿਦਾ ਹੋਏ ਹਨ। ਬਹੁਤ ਅਟੈਚਮੈਂਟ ਸੀ ਵੱਡੇ ਭਰਾ ਹੋਣ ਕਰਕੇ, ਇੱਕ ਸਿਆਣਾ ਇਨਸਾਨ ਹੋਣ ਕਰਕੇ, ਔਰ ਡੀਲਿੰਗ ਇੰਨੀ ਫੇਅਰ ਸੀ ਕਿ ਸਾਨੂੰ ਉਹਨਾਂ ਦੇ ਅੱਗੇ ਕਦੀ ਪੁੱਛਣ ਦੀ ਲੋੜ ਨਹੀਂ ਪਈ ਕਿ ਇਹ ਕਿਵੇਂ ਹੋਇਆ ਕੀ ਹੋਇਆ। ਹੀ ਵਾਸ ਸੋ ਨਾਈਸ। ਅਸੀਂ ਤਿੰਨ ਭਰਾ ਕੈਪਟਨ ਸਾਹਿਬ ਉਹਨਾਂ ਤੋਂ ਛੋਟੇ ਹੋਏ, ਮੇਰੇ ਤੋਂ ਵੱਡੇ ਵੀਰ ਜੀ ਸਰ ਜਸਵੀਰ ਸਿੰਘ ਰਿਟਾਇਰਡ ਸੈਕਟਰੀ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਉਹਨਾਂ ਤੋਂ ਵੱਡੇ ਸਾਡੇ ਭੈਣ ਜੀ ਅਮਰੀਕ ਕੌਰ, ਪਤਨੀ ਸਰਦਾਰ ਰਜੀਤ ਸਿੰਘ ਢਿੱਲੋਂ, ਉਹ ਵੀ ਆਰਮੀ ਕੋਰ ਚੋਂ ਫਸਟ ਹਾਊਸ ਤੋਂ ਆਏ ਸੀ। ਬੜਾ ਨਿੱਘਾ ਜਿਹਾ ਸਾਥ ਮਾਣਿਆ ਹੈ ਜਿਹਨਾਂ ਵੀ। ਕਿਸੇ ਨਾਲ ਜ਼ਿੰਦਗੀ ਸੋਹਣੀ ਗੁਜ਼ਾਰੀ ਹੋਵੇ ਤਾਂ ਅੱਜ 64th ਕੈਵਲਰੀ ਦੇ ਜਿਹੜੇ ਉਹ ਇੱਕ ਲੈਫਟੀਨੈਂਟ ਜਨਰਲ PS ਪੱਲਾ 3-star ਜਨਰਲ, ਉਹਨਾਂ ਨੇ ਆਪਣਾ ਟ੍ਰਿਬਿਊਟ ਅੱਜ ਜਿਹੜੇ ਆਏ ਸੀ ਚੰਡੀਗੜ੍ਹ ਤੋਂ, ਮੇਜਰ ਜਨਰਲ ਰਾਜੀਵ ਐਡਵਰਡਸ, VSM ਡਾਇਰੈਕਟਰ ਜਨਰਲ ਸੀ ਪਾਈ, ਉਹਨਾਂ ਦੇ ਨਾਲ ਕਰਨਲ ਹੁੰਦਲ PS ਹੁੰਦਲ ਅਤੇ ਕਰਨਲ PP ਮੈਂਡੋਲਟਰਾ, ਔਰ ਆਪ ਸੰਗਤ ਦੇ ਵਿੱਚ ਬਹੁਤ ਸਾਰੇ ਉਹਨਾਂ ਦੇ ਕੁਲੀਗ, ਉਹਨਾਂ ਦੇ ਪ੍ਰੇਮੀ, ਉਹਨਾਂ ਦੇ ਸੱਜਣ, ਉਹਨਾਂ ਦੇ ਮਿੱਤਰ ਆਏ ਹੋਏ। ਆਪ ਸਾਰਿਆਂ ਦਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ 'ਤੇ ਹੈ। ਪਿਛਲੇ ਕੁਛ 2-3 ਦਿਨਾਂ ਦੇ ਵਿੱਚੋਂ ਪਰਸੋਂ ਸ਼ਾਇਦ
ਪਰਸੋਂ ਹੀ ਕੈਬਨਿਟ ਮੰਤਰੀ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ ਹੋ ਕੇ ਗਏ ਨੇ। ਕੱਲ੍ਹ ਸਾਬਕਾ MLA ਸਰਦਾਰ ਸੁਰਿੰਦਰ ਸਿੰਘ ਜੀ ਰੰਧਾਵਾ ਕਥੂਨਗੜ ਵਾਲੇ ਹੋ ਕੇ ਗਏ ਨੇ। ਉਹਨਾਂ ਦੇ ਕੁਝ ਰੁਝੇਵੇਂ ਸੀ ਜਿਸ ਕਰਕੇ ਉਹ ਅੱਜ ਨਹੀਂ ਆ ਸਕੇ। ਸਾਡੇ ਪਾਸ ਸੰਗਤ ਦੇ ਵਿੱਚ ਸਰਦਾਰ ਗੁਰਵਿੰਦਰ ਸਿੰਘ ਜੀ ਕੋਟਲਾ ਬਾਮਾ ਵਾਲੇ ਚੇਅਰਮੈਨ ਮਾਰਕੀਟ ਕਮੇਟੀ ਬਟਾਲਾ ਅਤੇ ਸਰਦਾਰ ਜਗਵਿੰਦਰਪਾਲ ਸਿੰਘ ਜੀ ਜੱਗਾ ਮਜੀਠੇ ਤੋਂ ਜਿਹੜੇ ਕਿ ਲਾਲੀ ਜੀ ਦੇ ਰੁਝੇਵਾਂ ਕਰਕੇ ਉਹਨਾਂ ਦੀ ਥਾਂ ਦੇ ਉੱਤੇ ਸਾਡੇ ਨਾਲ ਕੰਮ ਵਿੱਚ ਸ਼ਰੀਕ ਨੇ। ਉਹਨਾਂ ਸਾਰਿਆਂ ਦਾ ਪਹਿਲ ਦੇਣਾ ਧੰਨਵਾਦੀ ਹਾਂ। ਆਪ ਸਾਰੀ ਸੰਗਤ ਦਾ ਹੀ ਇੱਕ ਕਦਮ ਸਾਡੇ ਸਿਰ ਮੱਥੇ 'ਤੇ ਇਸ ਪਿਆਰ ਦਾ ਸਬੂਤ ਦਿੱਤਾ ਹੈ ਤੁਸੀਂ। ਅਸੀਂ ਸਾਰੇ ਰਹਿਣੇ ਹਾਂ। ਆਪ ਸਾਰਿਆਂ ਦਾ ਫਿਰ ਦੁਬਾਰਾ ਬਹੁਤ ਬਹੁਤ ਧੰਨਵਾਦ। ਲੰਗਰ ਦੇ ਗੱਫੇ ਤਿਆਰ ਨੇ, ਕਿਰਪਾ ਕਰਕੇ ਛੱਕ ਕੇ ਅਤੇ ਅਸੀਸਾਂ ਦੇ ਕੇ ਜਾਇਓ, ਕਿਉਂਕਿ ਸਾਨੂੰ ਬਹੁਤ ਲੋੜ ਹੈ ਤੁਹਾਡੀ ਅਸੀਸਾਂ। ਮੌਸਮ ਦੋਵੇਂ ਸਮਾਗਮ 'ਤੇ ਸਾਰੇ ਭੈਣ ਭਰਾ ਵੀ ਭਰਾ ਸਾਰੇ ਇਕੱਠੇ ਹੋ, ਕਿਉਂਕਿ ਮੈਂ ਇਹਨਾਂ ਦੀ ਜ਼ਰੂਰਤ ਦੇ ਵਿੱਚ ਕੁਛ ਟਾਈਮ ਇਹਨਾਂ ਨੱਪ ਕੇ ਜਾ ਰਿਹਾ। ਮੈਂ ਨੌਕਰੀ ਕੀਤੀ ਆ ਅਤੇ ਦਿਲ ਦੇ ਵਿੱਚ ਕੁਛ ਬਦਲੇ ਸੀ ਕਿ ਮੈਂ 2 ਮਿੰਟ ਵਾਸਤੇ ਹਾਜ਼ਰ ਹੋਵਾਂ ਸੰਗਤ ਦੇ ਵਿੱਚ। ਬਾਕੀ ਜੋ ਆਪਣਾ ਕੈਪਟਨ ਸਾਹਿਬ ਸਾਡੇ ਜੋ ਚਲੇ ਗਏ ਆ, ਉਹ ਬਹੁਤ ਇੱਕ ਡਰ ਸੱਚਾਈ ਆ। ਇਹਦੇ ਇੱਕ ਦਿਨ ਆਉਣਾ ਜ਼ਰੂਰ ਆਉਣਾ, ਹਰ ਇੱਕ ਬੰਦੇ ਵਾਸਤੇ ਆਉਣਾ। ਬਾਕੀ ਕੰਮਾਂ ਦੇ ਇੱਕ ਟਾਈਮ ਫਿਕਸ ਹੁੰਦੇ ਆ ਵੀ ਆਹ ਟਾਈਮ ਇਸ ਨੂੰ ਕਰਨਾ, ਔਰ ਮੌਤ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਕੋਈ ਟਾਈਮ ਦੱਸ ਕੇ ਨਹੀਂ ਆਉਂਦੀ ਅਤੇ ਹਰੇਕ 'ਤੇ ਆਉਂਦੀ ਆ। ਬਾਕੀ ਜੇ ਕੈਪਟਨ ਸਾਹਿਬ ਦੀ ਗੱਲ ਕਰੀਏ, ਕੈਪਟਨ ਕਹਿ ਦੇਣਾ ਬੜਾ ਆਸਾਨ ਲੱਗਦਾ ਬੰਦੇ ਨੂੰ ਕੈਪਟਨ, ਪਰ ਕੈਪਟਨ ਬਣਨਾ ਬੜਾ ਔਖਾ, ਕਿਉਂਕਿ ਇਹਨਾਂ ਦੇ ਜਿੰਨਾ ਅਸੀਂ ਸੁਣਦੇ ਰਹੇ ਹਾਂ ਇਹਨਾਂ ਨਾਲ ਨੌਕਰੀ ਕਰਨਾ ਮੌਕਾ ਤੁਹਾਨੂੰ ਬਹੁਤ ਥੋੜ੍ਹਾ ਟਾਈਮ ਮਿਲਿਆ। ਕੁਛ ਟਾਈਮ ਸਾਡੇ ਜ਼ਰੂਰਤ ਦੇ ਵਿੱਚ ਜਾਂਦੇ ਰਹੇ ਹਾਂ ਅਤੇ ਉੱਥੇ ਅਸੀਂ ਵਹਿੰਦੇ ਰਹੇ ਹਾਂ। ਬਹੁਤ ਨਰਮ ਸੁਭਾਅ ਦੇ ਬੰਦੇ, ਬਹੁਤ ਹੀ ਜ਼ਿਆਦਾ ਇੱਕ ਸ਼ਖਸੀਅਤ, ਬੜੀ ਸੋਹਣੀ ਸ਼ਖਸੀਅਤ ਸੀ। ਅਤੇ ਇਹ ਇਸ ਤੋਂ ਪਹਿਲਾਂ ਇਹ ਸਾਲ ਦਾ ਮੇਜਰ ਹੈ ਦੇ ਜ਼ਰੂਰਤ ਦੇ ਵਿੱਚ ਲੱਗੇ ਨੇ। ਮੈਂ ਥੋੜ੍ਹਾ ਜਿਹਾ ਪਿੱਛੇ ਜਾਵਾਂ, ਸਾਲ ਦਾ ਮੇਜਰ ਅੰਗਰੇਜ਼ਾਂ ਦੇ ਵੇਲੇ ਇੱਕ ਇਹੋ ਜਿਹਾ ਰੈਂਕ ਹੁੰਦਾ ਸੀ ਕਿ ਜਿਸ ਰੈਂਕ ਦੇ ਪੈਨਸ਼ਨ ਆਉਣ ਤੋਂ ਬਾਅਦ ਉਹਦੇ ਘਰ ਤੱਕ ਪੱਕੀ ਰੋਡ ਅਤੇ ਪੱਕਾ ਮਕਾਨ ਬਣਾ ਕੇ ਦੇਣਾ ਪੈਂਦਾ ਸੀ। ਮੁੜ ਕੇ ਦੇਸ਼ ਆਜ਼ਾਦ ਹੋਇਆ ਅਤੇ ਉਸ ਮੌਕੇ ਦੀਆਂ ਸਰਕਾਰਾਂ ਨੇ ਇਹ ਸਿਸਟਮ ਨੂੰ ਬਦਲ ਕੇ ਉਹਨੂੰ ਆਉਣ ਵਾਲੀ ਕੈਪਟਨ ਦੇ ਕੇ ਨਵਾਜਿਆ ਵੀ ਇਹਨਾਂ ਨੂੰ ਮਤਲਬ ਉਹ ਸਹੂਲਤ ਨਾ ਦੇਣੀ ਪਵੇ ਜਿਹੜੀ ਸਹੂਲਤ ਸਾਨੂੰ ਅੰਗਰੇਜ਼ ਫੜ ਗਏ ਸੀ। ਖੈਰ ਉਸ ਤੋਂ ਬਾਅਦ ਇੱਕ ਕੈਪਟਨ ਪੈਨਸ਼ਨ ਆਏ ਅਤੇ ਇੱਕ ਸਿਪਾਹੀ ਭਰਤੀ ਹੋ ਕੇ ਕੈਪਟਨ ਪੈਨਸ਼ਨ ਆਉਣਾ ਕੋਈ ਨਿੱਕੀ ਜਿਹੀ ਗੱਲ ਨਹੀਂ, ਬੜੀ ਵੱਡੀ ਗੱਲ ਹੈ ਇੱਕ ਸਿਪਾਹੀ ਤੋਂ ਭਰਤੀ ਹੋ ਕੇ ਮਤਲਬ ਕੈਪਟਨ। ਕਈ ਮੇਰੇ ਭਰਾ ਅਤੇ ਫੌਜੀ ਸਿੰਘ ਬੈਠੇ ਹੋਣਗੇ ਫੌਜੀ ਸਾਹਿਬ, ਫਿਰ ਉਹਨਾਂ ਨੂੰ ਪੁੱਛੋ ਵੀ ਕਿੰਨਾ ਔਖਾ ਇਹ ਕੈਪਟਨ ਬਣਨਾ, ਕੋਈ ਨਿੱਕੀ ਜਿਹੀ ਗੱਲ ਨਹੀਂ। ਸੋ ਇਹ ਕਿਸੇ ਬੰਦੇ ਦੇ ਹਿੱਸੇ ਆਉਂਦੀ ਹੈ ਇਹੋ ਜਿਹੀ ਗੱਲ। ਅਤੇ ਇਸ ਤੋਂ ਪਹਿਲਾਂ ਜਿਸ ਤਰ੍ਹਾਂ ਵੱਡੇ ਭਾਈ ਨੇ ਦੱਸਿਆ ਕਿ ਪਰਿਵਾਰ ਬਹੁਤ ਸੁਖੀ ਹੈ, ਬਹੁਤ ਵੱਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਨਿਭਾ ਕੇ ਚਲੇ ਗਏ ਅਤੇ ਮਗਰੋਂ ਪਰਿਵਾਰ ਨੂੰ ਮਤਲਬ ਭਾਣਾ ਬਖਸ਼ਣ ਦਾ ਬਲ ਪਰਮਾਤਮਾ ਬਖਸ਼ੇ। ਬਾਕੀ ਇਸ ਤੋਂ ਪਹਿਲਾਂ ਜੇ ਦੱਸਿਆ ਕਿ ਉਹਨਾਂ ਦਾ ਇੰਨਾ ਪ੍ਰੇਮ ਸੀਗਾ ਸਾਡੀ ਯੂਥ ਦੇ ਵਿੱਚ ਸਾਡੇ ਅਫਸਰਾਂ ਦੇ ਨਾਲ, ਕਿਉਂਕਿ ਚੇਤੇ ਤੌਰ 'ਤੇ ਅੱਜ ਸਵੇਰੇ ਉਹ ਪੰਜਾਬ ਗੌਰਮੈਂਟ ਦੇ ਇੰਪਲਾਈ ਨੇ, ਸੀ ਪੈਟ ਦੇ ਇੰਚਾਰਜ ਨੇ ਪੂਰੇ ਪੰਜਾਬ ਦੇ ਸਰਦਾਰ ਰਾਜੀਵ ਅਰਵਿੰਦ ਮੇਜਰ ਜਨਰਲ ਐਸਨ, ਉਹ ਚੇਤੇ ਤੌਰ 'ਤੇ ਹਾਜ਼ਰੀ ਲਾ ਕੇ ਗਏ ਆ। ਇੱਕ ਚੰਦਿਆਲੇ ਤੋਂ ਸਾਡੇ ਮੇਜਰ ਆਪਣਾ ਕਰਨਲ ਸਾਹਿਬ ਰਿਟਾਇਰ, ਉਹ ਵੀ ਹਾਜ਼ਰੀ ਲਵਾ ਕੇ ਗਏ ਆ, ਕਰਨਲ ਮਲਹੋਤਰਾ ਵੀ ਹਾਜ਼ਰੀ ਲਵਾ ਕੇ ਗਏ ਆ। ਬਾਕੀ ਵੱਡੀ ਪੱਧਰ ਦੇ ਵਿੱਚ ਸਾਡੇ ਨਾਲ ਨੇ ਜਿੰਨੇ ਵੀ ਆਪਣੇ ਅਹੁਦੇ ਦੇ ਤਾਜਮਾਨ ਕੈਪਟਨ ਆਪਣਾ ਮੋਹਨ ਸਿੰਘ ਔਰ ਬੇਟੇ ਨੇ ਸਾਹਦਾਰ ਕਵੰਤ ਸਿੰਘ ਬੇਟੇ ਆ, ਆਪਣਾ ਸਾਹਦਾਰ ਗੁਰਿੰਦਰ ਸਿੰਘ ਬੈਠੇ ਆ, ਬਲਾਸਪਤੀ ਮੰਦਰ ਅਜਾਦ ਸਿੰਘ ਬੈਠੇ, ਬਹੁਤ ਹੀ ਵੱਡੀ ਗਿਣਤੀ ਜੂਨ ਤੋਂ ਚੇਤੇ ਤੌਰ 'ਤੇ ਨੌਜਵਾਨ ਨੌਕਰੀ ਕਰ ਰਹੇ ਆ
ਉਹਨਾਂ ਨੂੰ ਜੂਟ ਨੇ ਸਪੈਸ਼ਲ ਤੌਰ 'ਤੇ ਭੇਜਿਆ ਕਿ ਸਾਡਾ ਇੱਕ ਬਹੁਤ ਹੀ ਹੋਣਹਾਰ ਬਹੁਤ ਹੀ ਇੱਕ ਵੱਡਾ ਅਫਸਰ ਜੋ ਸਾਡੇ ਵਿੱਚ ਨਹੀਂ ਰਿਹਾ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣ, ਔਰ ਮੈਂ ਸਾਰੀ ਜੂਟ ਵੱਲੋਂ, ਜੂਟ ਦੇ ਬਾਕੀ ਜਿਹੜੇ ਬੰਦੇ ਆਏ ਉਹਨਾਂ ਵੱਲੋਂ ਮੈਂ ਸਾਰੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ, ਇਹਨਾਂ ਕਿੰਨਾ ਮਾਫ਼ੀ ਚਾਹੁੰਦਾ। ਵੈਗੇ ਖਾਲਸਾ ਵੈਗੇ ਜੀ। ਜਿਨ੍ਹਾਂ ਨੇ ਸਾਡੇ ਸਮਾਗਮ ਦੀ ਕਵਰੇਜ ਕੀਤੀ ਹੈ, ਹੁਣ ਇੱਕ ਤਾਂ ਗਾਇਕ ਨੇ ਉਹ ਵੀ ਨਾਲ ਨੇੜੇ ਆ ਜਾਣ, ਅਤੇ ਨਾਲ ਹੀ ਮੈਂ ਬੇਨਤੀ ਕਰਾਂਗਾ ਕਿ ਜਿਹੜੇ ਪਾਠੀ ਸਿੰਘ ਨੇ ਉਹਨਾਂ ਨੂੰ ਸਰੂਪਾ ਦੀ ਬਖਸ਼ਿਸ਼ ਕਰਨੀ ਹੈ, ਉਹ ਵੀ ਆਪਣੇ ਸੋ ਉਹਨਾਂ ਤੋਂ ਬਾਅਦ ਉਹ ਜ਼ਿੰਮੇਵਾਰੀਆਂ ਇਹਨਾਂ ਦੇ ਜਸਪਾਲ ਸਿੰਘ, ਹਰਪਾਲ ਸਿੰਘ, ਸੁਖਪਾਲ ਸਿੰਘ ਦੇ ਸਿਰ ਤੇ ਆ ਗਏ। ਸਤਿ ਸ੍ਰੀ ਅਕਾਲ। ਅੱਜ ਜਿਹੜੇ ਕਿ ਅੱਜ ਸਾਨੂੰ ਕੁਝ ਦਿਨਾਂ ਤੋਂ ਪਹਿਲਾਂ ਸਦੀਵੀ ਵਿਛੋੜਾ ਦੇ ਰਹੇ, ਜਿਹੜੇ ਕਿ ਫੌਜੀ ਤੌਰ 'ਤੇ ਵੀ ਮੈਂ ਖੁਦ ਵੀ ਫੌਜੀ ਹਾਂ, ਉਸ ਚੀਜ਼ ਦਾ ਵੀ ਦੁੱਖ ਲੱਗਦਾ ਜਦੋਂ ਸਾਥੀ ਵਿਛੜ ਜਾਂਦਾ ਤਾਂ ਬੜਾ ਦੁੱਖ ਹੁੰਦਾ। ਦੂਸਰੇ ਪਾਸੇ ਸਾਡੇ ਨੰਬਰਦਾਰ ਵੀ ਸੀ, ਉਹਦੇ ਨਾਲ ਵੀ ਸਾਡਾ ਥੋੜ੍ਹਾ ਜਿਹਾ ਸਾਨੂੰ ਬਹੁਤ ਜ਼ਿਆਦਾ ਦੁੱਖ ਲੱਗਦਾ, ਪਰ ਚੱਲਦੀ ਸਰਾਂ ਹਰ ਇਨਸਾਨ ਨੇ ਜਾਣਾ। ਇਹ ਜਗ ਜੰਕਸ਼ਨ ਗੱਡੀਆਂ ਦਾ ਇੱਥੇ ਕਿਸੇ ਆਉਣਾ ਕਿਸੇ ਜਾਣਾ, ਇਹ ਜਗਤ ਮੁਸਾਫਰਖਾਨਾ ਕਿਸੇ ਬੈਠ ਕਿਸੇ ਵੀ ਰਹਿਣਾ। ਕੀ ਜੇ ਆ ਆਪਣੀ ਆਪਣੀ ਵਾਰੀ ਅੱਜ ਉਹਨਾਂ ਦੀ ਜਗ੍ਹਾ ਉਹਨਾਂ ਦੇ ਬੱਚੇ ਹਰਪਾਲ ਸਿੰਘ ਜੀ ਸਾਡੇ ਵਿੱਚ ਨੰਬਰਦਾਰ ਜਿਹੜੇ ਕਿ ਉਹਨਾਂ ਨੂੰ, ਪਰ ਅਸਲ ਇਹਨਾਂ ਨੂੰ ਉਹਨਾਂ ਹੀ ਤਰ੍ਹਾਂ ਹੀ ਸਮਝਾਂਗੇ ਔਰ ਇਹਨਾਂ ਦੇ ਨਾਲ ਮਿਲ ਜੁਲ ਕੇ ਚੱਲਾਂਗੇ। ਬਾਕੀ ਮੈਂ ਇਹ ਵੀ ਦੋਵੇਂ ਚੀਜ਼ਾਂ ਨਹੀਂ ਵੀ ਫੌਜੀ ਜਾਂ ਨੰਬਰਦਾਰ, ਤੀਸਰਾ ਹੋਰ ਵੀ ਮੇਰਾ ਇਹ ਲੱਗਣਾ ਬੜਾ ਵੱਡਾ ਸਾਥ, ਕਿਉਂਕਿ ਮੈਂ ਇਸ ਨਗਰ ਦਾ ਰਿਸ਼ਤੇਦਾਰ, ਅੱਜ ਤੋਂ ਨਹੀਂ ਮੈਂ ਸੰਨ 1945 ਤੋਂ ਹਰ ਪਿੰਡ ਜਗ੍ਹਾ ਦੇ ਬੰਦੇ ਨਾਲ, ਪਿੰਡ ਦੇ ਬੰਦੇ ਨਾਲ ਹਰ ਜਗ੍ਹਾ ਜਾਣਾ, ਬਹਿਣਾ, ਖਲੋਣਾ, ਗੱਲਬਾਤ ਕਰਨੀ, ਵਿਚਾਰਨੀ, ਅਤੇ ਮੇਰੇ ਮਨ ਨੂੰ ਬਹੁਤ ਹੀ ਚੰਗੀ ਲੱਗਦੀ ਸੀ। ਪਰ ਅੱਜ ਬੜਾ ਦੁੱਖ ਹੋਇਆ ਇਹਨਾਂ ਦੇ ਕੈਪਟਨ ਦਲਬੀਰ ਸਿੰਘ ਦੇ ਜਾਣ, ਮੈਂ ਇੰਨਾ ਕੀ ਕਹਿੰਦਾ ਹੋਇਆ ਖਿਮਾ ਦਾ ਯਾਦ ਕਿਹਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਜਿੰਦਰ ਆਇਆ ਸੀ।